ਕਹਿਣਾ ਚਾਹੁੰਦੇ ਹਾਂ ਕਿ ਦੇਖੋ ਅਸੀਂ ਪੜ੍ਹੇ ਲਿਖੇ ਕੰਪਿਊਟਰ ਅਧਿਆਪਕ ਆ ਤੇ ਇਸ ਵੇਲੇ ਸਾਡੀਆਂ ਕਿੰਨੀਆਂ ਫੀਮੇਲਸ ਜਿਹੜੀਆਂ ਉਹ ਸੜਕਾਂ ਤੇ ਰੋਲ ਰਹੀਆਂ, ਤੇ ਇਹਦੇ ਵਿੱਚ ਇਹ ਦੇਖੋ ਵੀ ਸਰਕਾਰ ਦੀ ਕਿੰਨੀ ਸ਼ਰਮਨਾਕ ਗੱਲ ਆ। ਸਰਕਾਰ ਇਹ ਕਹਿੰਦੀ ਸੀਗੀ ਵੀ ਨਹੀਂ ਇਸ ਤਰ੍ਹਾਂ ਦਾ ਕੁਛ ਨੀ ਹੋਊਗਾ, ਜਦੋਂ ਸਾਡੀ ਸਰਕਾਰ ਆਊਗੀ ਉਦੋਂ ਭੈਣਾਂ ਦੀਆਂ ਚੁੰਨੀਆਂ ਨੀ ਲੱਥਣਗੀਆਂ ਤੇ ਭਰਾਵਾਂ ਦੀਆਂ ਪੱਗਾਂ ਨੀ ਲੱਥਣਗੀਆਂ। 5 ਸਤੰਬਰ ਨੂੰ ਅਸੀਂ ਸੰਗਰੂਰ ਵਿਖੇ ਰੈਲੀ ਕੀਤੀ ਸੀ ਤੇ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਵੀ ਲੱਥੀਆਂ ਤੇ ਸਾਡੇ ਭਰਾਵਾਂ ਦੀਆਂ ਪੱਗਾਂ ਵੀ ਲੱਥੀਆਂ। ਹੁਣ 3 ਤਰੀਕ ਨੂੰ ਅਸੀਂ ਡੇਰਾ ਬਾਬਾ ਨਾਨਕ ਕਲਾਂ ਰੋਡ ਵਿਖੇ ਬਖਸ਼ੀ ਵਾਲੇ ਅਸੀਂ ਉਹਨਾਂ ਨੂੰ ਮਿਲੇ ਸੀ ਉਸ ਦਿਨ, ਤੇ ਉਸ ਦਿਨ ਉਹਨਾਂ ਨੇ ਪ੍ਰਸ਼ਾਸਨ ਨੇ ਸਾਨੂੰ ਇਹ ਕਿਹਾ ਸੀਗਾ ਕਿ ਅਸੀਂ 3 ਤਰੀਕ ਨੂੰ ਤੁਹਾਡੀ ਮੀਟਿੰਗ ਕਰਾਵਾਂਗੇ, ਪਰ ਉਹ 3 ਤਰੀਕ ਲੰਘ ਕੇ ਅੱਜ ਦੇਖੋ ਕਿੰਨੀ ਤਰੀਕ ਹੋ ਗਈ ਆ। ਤੇ ਬਾਰ ਬਾਰ ਇਹ ਵਾਅਦਾ ਕਰਕੇ ਸਰਕਾਰ ਮੁੱਕਰਦੀ ਆ, ਤੇ ਇਸ ਚੀਜ਼ ਦਾ ਮਤਲਬ ਇਸ ਗੱਲ ਦਾ ਸਾਡੇ ਪੜ੍ਹੇ ਲਿਖੇ ਵਰਗ ਦੇ ਵਿੱਚ ਬਹੁਤ ਜ਼ਿਆਦਾ ਬੈਡ ਇੰਪ੍ਰੈਸ਼ਨ ਆ, ਤੇ ਅਸੀਂ ਇੰਨੇ ਜ਼ਿਆਦਾ ਫਰਸਟ੍ਰੇਟਡ ਆ ਕਿ ਹੁਣ ਸਾਨੂੰ ਇਹ ਲੱਗਦਾ ਕਿ ਜਿਹੜਾ ਸਾਡਾ ਸਾਥੀ ਭੁੱਖ ਹੜਤਾਲ ਤੇ ਸੰਗਰੂਰ ਬੈਠਾ ਹੋਇਆ, 2.5 ਮਹੀਨੇ ਹੋ ਗਏ ਸਾਡਾ ਇੱਕ ਸਾਥੀ ਭੁੱਖ ਹੜਤਾਲ ਤੇ ਬੈਠਾ, ਤੇ ਉਹ ਉਹਦੀ ਉਹਦੀ ਮਜਬੂਰੀ ਬਣ ਜੂਗੀ ਕਿ ਉਹ ਮਰਨ ਵਰਤ ਵਿੱਚ ਇਸ ਭੁੱਖ ਹੜਤਾਲ ਨੂੰ ਕਨਵਰਟ ਕਰੇ। ਕੰਪਿਊਟਰ ਅਧਿਆਪਕ ਆ ਸਾਰੇ ਪੰਜਾਬ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਾਂ, ਅਤੇ ਅੱਜ ਅਸੀਂ ਜੋ ਸਾਡਾ ਸੰਗਰੂਰ ਵਿਖੇ ਧਰਨਾ ਚੱਲ ਰਿਹਾ ਪਿਛਲੇ 70 ਦਿਨਾਂ ਤੋਂ, ਉਸ ਦੀ ਸੰਘਰਸ਼ ਦੀ ਲੜੀ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਸਾਡੀਆਂ ਜਿਹੜੀਆਂ ਰੈਲੀਆਂ ਔਰ ਆਪਣਾ ਮੁਜ਼ਾਹਰੇ ਚੱਲ ਰਹੇ ਹਨ, ਉਸੇ ਲੜੀ ਦੇ ਤਹਿਤ ਬਾਬਾ ਨਾਨਕ ਵਿਖੇ ਅਸੀਂ ਜਿਹੜਾ ਆ ਅੱਜ ਆਪਣਾ ਸਰਕਾਰ ਦੇ ਪ੍ਰਤੀ ਜਿਹੜਾ ਆ ਆਪਣਾ ਰੋਸ ਪ੍ਰਗਟ ਕਰਨ ਆਏ ਹਾਂ, ਕਿਉਂਕਿ ਸਰਕਾਰ ਨੇ ਜਦੋਂ ਇਹਨਾਂ ਦਾ ਚੋਣ ਮੈਨੀਫੈਸਟੋ ਆਇਆ ਸੀ ਤੇ ਉਹਦੇ ਵਿੱਚ ਇਹਨਾਂ ਨੇ ਲਿਖਿਆ ਸੀ, ਸਰਕਾਰ ਨੇ ਸਾਨੂੰ ਲਿਖਤੀ ਤੌਰ ਤੇ ਦਿੱਤਾ ਸੀ ਕਿ ਕੰਪਿਊਟਰ ਅਧਿਆਪਕਾਂ ਨੂੰ ਸਰਕਾਰ ਬਣਨ ਤੇ ਜਿਹੜਾ ਆ ਸਿੱਖਿਆ ਵਿਭਾਗ ਦੇ ਅਧੀਨ ਮਰਜ ਕਰ ਦਿੱਤਾ ਜਾਵੇਗਾ, ਪਰੰਤੂ ਅੱਜ ਸਰਕਾਰ ਦੇ 2.5 ਸਾਲ ਬੀਤਣ ਦੇ ਬਾਵਜੂਦ ਵੀ ਜਿਹੜਾ ਆ ਉਹ ਸਾਡੀਆਂ ਮੰਗਾਂ ਹਜੇ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ। ਉਸੇ ਆਪਣਾ ਉਸੇ ਲੜੀ ਦੇ ਤਹਿਤ ਅਸੀਂ ਅੱਜ ਜਿਹੜਾ ਆ ਗੁਰਦਾਸਪੁਰ ਵਿਖੇ ਇਕੱਠੇ ਹੋ ਕੇ ਗੁਰਦਾਸਪੁਰ ਜ਼ਿਲ੍ਹਾ, ਪਠਾਨਕੋਟ ਜ਼ਿਲ੍ਹਾ, ਹੁਸ਼ਿਆਰਪੁਰ, ਤਰਨ ਤਾਰਨ, ਅੰਮ੍ਰਿਤਸਰ, 7 ਜ਼ਿਲ੍ਹੇ ਅੱਜ ਇੱਥੇ ਜਲੰਧਰ, ਅੱਜ 7-8 ਜ਼ਿਲ੍ਹੇ ਇੱਥੇ ਇਕੱਠੇ ਹੋ ਕੇ ਜਿਹੜਾ ਆ ਇੱਕ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਕਰਾਂਗੇ
ਔਰ ਡੇਰਾ ਬਾਬਾ ਨਾਨਕ ਵਿਖੇ ਜਿਹੜੇ ਆਪ ਸਰਕਾਰ ਦੇ ਜਿਹੜੇ ਕੈਂਡੀਡੇਟ ਹਨ ਉਹਨਾਂ ਦੇ ਘਰ ਬਾਹਰ ਜਾ ਕੇ ਨਾਅਰੇਬਾਜ਼ੀ ਧਰਨਾ ਲਗਾਇਆ ਜਾਵੇਗਾ। ਕੇਜਰੀਵਾਲ ਸਾਹਿਬ ਆਏ ਸੀ ਪਰ ਇੰਨੀ ਕੁ ਫੋਰਸ ਲੱਗੀ ਹੋਈ ਸੀ ਕਿ ਕੁਛ ਸਾਨੂੰ ਥਰੈਟ ਵੀ ਕੀਤਾ ਗਿਆ। ਜਦੋਂ ਅਸੀਂ ਪਠਾਨਕੋਟ ਤੋਂ ਜਾਂ ਗੁਰਦਾਸਪੁਰ ਤੋਂ ਸਾਡੇ ਸਾਥੀ ਚੱਲਣ ਲਈ ਆਏ ਸੀ ਤੇ ਉਹਨਾਂ ਨੂੰ ਰਾਹ ਦੇ ਵਿੱਚ ਡੱਕਿਆ ਵੀ ਗਿਆ ਪੁਲਿਸ ਦੁਆਰਾ, ਪ੍ਰਸ਼ਾਸਨ ਦੁਆਰਾ, ਔਰ ਖੰਡੇਰਨ ਦੀ ਕੋਸ਼ਿਸ਼ ਵੀ ਕੀਤੀ ਜਾ ਗਈ। ਲੇਕਿਨ ਫਿਰ ਵੀ ਅਸੀਂ ਜਿਹੜਾ ਆ ਸਾਡੇ ਸਾਥੀ ਇੱਧਰ ਉੱਧਰੋਂ ਮੋੜ ਮੜ ਕੇ ਜਿਹੜਾ ਆ ਇਸ ਸੰਘਰਸ਼ ਦੇ ਧਰਨੇ ਦੇ ਵਿੱਚ ਜੋ ਅਸੀਂ ਅੱਜ ਆਪਣਾ ਰੈਲੀ ਕੱਢਣੀ ਆ ਉਹਦੇ ਵਿੱਚ ਸ਼ਾਮਿਲ ਹੋਏ ਹਨ। ਇਹ ਸੰਘਰਸ਼ ਜਾਰੀ ਰਹੇਗਾ ਕਿਉਂਕਿ ਪਿਛਲੇ 70 ਦਿਨਾਂ ਤੋਂ ਸੰਗਰੂਰ ਵਿਖੇ ਸਾਡਾ ਜਿਹੜਾ ਆ ਧਰਨਾ, ਭੁੱਖ ਹੜਤਾਲ ਧਰਨਾ ਜਿਹੜਾ ਚੱਲ ਰਿਹਾ ਹੈ ਤੇ ਉਹ ਦੇਖਾਂਗੇ, ਵੇਟ ਕਰਾਂਗੇ। 10-15 ਦਿਨ ਦਾ ਆਪਾਂ ਟਾਈਮ ਦਿੱਤਾ ਸਰਕਾਰ ਨੂੰ, ਉਸ ਤੋਂ ਬਾਅਦ ਜੇ ਨਹੀਂ ਮਤਲਬ ਸਾਡੀਆਂ ਮੰਗਾਂ ਦਾ ਹੱਲ ਹੋਇਆ ਤਾਂ ਉਸ ਧਰਨੇ ਨੂੰ ਜਿਹੜਾ ਆ, ਭੁੱਖ ਹੜਤਾਲ ਨੂੰ ਜਿਹੜਾ ਆ, ਉਹ ਮਰਨ ਵਰਤ ਦੇ ਵਿੱਚ ਤਬਦੀਲ ਕੀਤਾ ਜਾਵੇਗਾ।